आम आदमी पार्टी ने अपनी इको एक संगरूर लोकसभा सीट भी गुआ ली है। संगरूर लोकसभा दी जिमनी चोन हारन तो बाद आम आदमी पार्टी दी जिथे लोकसभा च नुमाइंदगी खत्म हो गई उथे पंजाब दी सत्ता दे काबज आप 100 दिन दी कारगुजारी मगरों अपने पलेठे इम्तिहान विच फेल हो गई है। संगरूर लोकसभा हल्के तो साल 2014 दी चोन विच आम उम्मीदवार भगवंत मान ने 2,11,721 वोटां दे वड्डे फर्क नाल जित प्राप्त कीती सी। साल 2019 दी चोन मौके भगवंत मान ने मुड़ 1,10,211 वोटां नाल जित हासिल कीती। लंघे फरवरी महीने होईयां पंजाब विधानसभा चोणां विच आम आदमी पार्टी 92 सीटां जित के सूबे दी सत्ता ते काबज होई ਅਤੇ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ। ਉਹਨਾਂ ਦੇ ਅਸਤੀਫਾ ਦੇ ਨਾਲ ਸੰਗਰੂਰ ਲੋਕ ਸਭਾ ਸੀਟ ਖਾਲੀ ਹੋਈ ਸੀ, ਜਿੱਥੋਂ ਆਏ ਚੋਣ ਨਤੀਜਿਆਂ ਵਿੱਚ ਆਪ ਉਮੀਦਵਾਰ ਦੀ ਹਾਰ ਹੋਣ ਨਾਲ ਪਾਰਟੀ ਦੀ ਲੋਕ ਸਭਾ 'ਚ ਨੁਮਾਇੰਦਗੀ ਖਤਮ ਹੋ ਗਈ ਹੈ। ਇਹ ਵੀ ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਮੌਕੇ ਸੰਗਰੂਰ ਲੋਕ ਸਭਾ 'ਚ ਪੈਂਦੇ 9 ਹਲਕਿਆਂ ਵਿੱਚ ਆਮ ਆਦਮੀ ਪਾਰਟੀ ਜੇਤੂ ਰਹੀ ਸੀ ਅਤੇ ਹੁਣ ਪਾਰਟੀ 4 ਹਲਕਿਆਂ ਵਿੱਚੋਂ ਹਾਰ ਗਈ ਹੈ। ਧਿਆਨ ਰਹੇ ਕਿ ਆਮ ਆਦਮੀ ਪਾਰਟੀ ਨੇ ਗੁਰਮੇਲ ਸਿੰਘ ਕਰਾਚੋ ਨੂੰ ਸੰਗਰੂਰ ਤੋਂ ਉਮੀਦਵਾਰ ਬਣਾਇਆ ਸੀ ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਆਪ ਉਮੀਦਵਾਰ ਨੂੰ ਹਰਾ ਦਿੱਤਾ। ਪਲੀਜ਼ ਸਬਸਕ੍ਰਾਈਬ ਪ੍ਰਵਾਸੀ ਟੀਵੀ ਐਂਡ ਪ੍ਰੈਸ ਦ ਬੈਲ ਆਈਕਨ।